ਰਜਿੰਦਰ ਸਿੰਘ ਬੇਦੀ ਦੀ ਕਹਾਣੀ ਜੋਗੀਆਂ ਦਾ ਅਗਲਾ ਹਿੱਸਾ ਉਸ ਦਿਨ ਵਾਕਈ ਬੜੀ ਗਰਮੀ ਸੀ ਦਾਦੀ ਸੇਠ ਅਗਿਆਰੀ ਲੇਨ ਚ ਆਉਂਦੇ ਜਾਂਦੇ ਲੋਕ ਰੇਤ ਰੰਗੀ ਸੜਕ ਤੋਂ ਲੰਘਦੇ ਸਨ ਜਿਾਬਦਾ ਸੀ ਮੌਸਮ ਦੀ ਪਰਪੁੰਜੀ ਦਾਣੇ ਭੁੰਨ ਰਹੀ ਹੈ ਤੇ ਜਦੋਂ ਕੋਈ ਪੰਜਾਬੀ ਜਾਂ ਮਾਰਵਾੜੀ ਵੱਡਾ ਸਾਰਾ ਫੱਗੜ ਬੰਨੀ ਆਉਂਦਾ ਤਾਂ ਉਤੋਂ ਬਿਲਕੁਲ ਮੱਕੀ ਦਾ ਦਾਣਾ ਲੱਗਦਾ ਜਿਹੜਾ ਪੱਠੀ ਦੇ ਸੇਕ ਚ ਫੁੱਲ ਕੇ ਫੁੱਲਾ ਬਣ ਗਿਆ ਇੱਥੋਂ ਗਿਆਨ ਭਵਨ ਚੋਂ ਮੈਨੂੰ ਸਿਰਫ ਰੰਗ ਦੇ ਛਿੱਟੇ ਵਿਖਾਈ ਦਿੱਤੇ ਉਹ ਸਭ ਸਾਰੀਆਂ ਸਨ ਜਿਨ੍ਹਾਂ ਚੋਂ ਇੱਕ ਜੋਗੀਆ ਆਪਣੇ ਲਈ ਚੁਣ ਰਹੀ ਸੀ ਉਂਝ ਹੀ ਉਹਨੇ ਇੱਕ ਵਾਰੀ ਮੇਰੇ ਘਰ ਵੱਲ ਦੇਖਿਆ ਸ਼ਾਇਦ ਉਹਦੀਆਂ ਨਜ਼ਰਾਂ ਮੈਨੂੰ ਲੱਭ ਰਹੀਆਂ ਸਨ ਪਰ ਮੈਂ ਤਾਂ ਕਿਸੇ ਆਰਟ ਦੀ ਸੁਲੇਮਾਨੀ ਟੋਪੀ ਲਈ ਹੋਈ ਸੀ ਜਿਸ ਕਰਕੇ ਮੈਂ ਤਾਂ ਸਾਰੀ ਦੁਨੀਆ ਨੂੰ ਵੇਖ ਸਕਦਾ ਸੀ ਪਰ ਦੁਨੀਆ ਮੈਨੂੰ ਨਹੀਂ ਸੀ ਵੇਖ ਸਕਦੀ ਉਸ ਦਿਨ ਵਾਕਿਆ ਹੀ ਮੇਰੀ ਹੈਰਾਨੀ ਦੀ ਕੋਈ ਹੱਦ ਨਹੀਂ ਸੀ ਰਹੀ ਜਦੋਂ ਮੈਂ ਦੇਖਿਆ ਜੋਗੀਆਂ ਨੇ ਹਲਕਾ ਨੀਲਾ ਰੰਗ ਚੁਣਿਆ ਅਜਾਈ ਗਰਮੀ 'ਚ ਹੀ ਰੰਗ ਚੰਗਾ ਰਹਿੰਦਾ ਹੈ ਜੇ ਮੈਂ ਹੁੰਦਾ ਤਾਂ ਜੋਗੀਆਂ ਨੂੰ ਇਹ ਰੰਗ ਪਾਉਣ ਦੀ ਸਲਾਹ ਦਿੰਦਾ ਉਦੋਂ ਹੀ ਮੈਂ ਸੋਚਿਆ ਮੈਂ ਤਾਂ ਬੜਾ ਬਚਨ ਦੀ ਕੋਸ਼ਿਸ਼ ਕੀਤੀ ਐ ਪਰ ਜੋਗੀਆਂ ਨੇ ਆਪਣੇ ਮਨ ਚ ਬੁਲਾ ਕੇ ਮੈਨੂੰ ਪੁੱਛ ਹੀ ਲਿਆ ਫਿਰ ਉਹੀ ਪੈਲੜ ਜੁਦਾਈ ਤੇ ਫਾਡੀ ਮੇਲ ਜਪਦਾ ਸੀ ਅਗਿਆਰੀ ਤੀਕ ਇਹ ਦੁਨੀਆ ਤੇ ਇਹਦੇ ਕਾਨੂੰਨ ਨੇ ਇਸ ਤੋਂ ਅੱਗੇ ਕੋਈ ਕਾਨੂੰਨ ਸਾਡੇ ਤੇ ਲਾਗੂ ਨਹੀਂ ਹੁੰਦਾ ਮੈਂ ਕਾਲ ਨਾਲ ਵੱਧ ਕੇ ਜੋਗੀਆਂ ਦੇ ਨਾਲ ਰਲਦਿਆਂ ਕਿਆ ਅੱਜ ਤੈਂ ਬੜਾ ਪਿਆਰਾ ਰੰਗ ਚੁਣਿਆ ਜੋਗਿਆ ਮੈਨੂੰ ਪਤਾ ਸੀ ਤੂੰ ਇਹਨੂੰ ਪਸੰਦ ਕਰੇਗਾ ਤੂੰ ਕਿੰਜ ਜਾਣਦੀ ਸੈਂ ਹਾਂ ਜੀ ਕਦੀ ਕਦੀ ਤੇਰਾ ਮਨ ਮੇਰੇ ਮਨ ਚ ਆ ਜਾਂਦਾ ਹੈ ਹੂੰ ਮੈਂ ਸੋਚਦਿਆਂ ਹੋਇਆ ਗਿਆ ਅੱਜ ਤੈਨੂੰ ਛੂਹਣ ਹੱਥ ਲਾਉਣ ਨੂੰ ਵੀ ਜੀ ਨਹੀਂ ਕਰਦਾ ਹੋਰ ਕੀ ਕਰਦਾ ਜੀ ਉਸੇ ਵੇਲੇ ਇੱਕ ਵਿਕਟੋਰੀਆ ਸਾਡੇ ਦੋਵਾਂ ਵਿਚਕਾਰ ਆ ਗਈ ਜਿਹਨੂੰ ਨਿਕਲਣ ਚ ਸਦੀਆਂ ਲੱਗ ਗਈਆਂ ਮੇਰੀਆਂ ਨਿਗਾਹਾਂ ਫਿਰ ਝੀਲ ਚ ਤੈਰਨ ਛਿੱਟੇ ਉਡਾਉਣ ਲੱਗੀਆਂ ਜਦ ਤੱਕ ਅਸੀਂ ਪ੍ਰਿੰਸੈਸ ਸਟਰੀਟ ਦਾ ਚੌਰਾਹਾ ਪਾਰ ਕਰਕੇ ਮੈਟਰੋ ਨੇੜੇ ਆ ਚੁੱਕੇ ਸਾਂ ਜਿੱਥੋਂ ਸਾਡੇ ਰਸਤੇ ਅਲੱਗ ਹੁੰਦੇ ਸੀ ਮੈਂ ਕਿਹਾ ਅੱਜ ਜੀ ਕਰਦਾ ਸਿਰ ਤੇਰੇ ਪੈਰਾਂ ਉੱਤੇ ਰੱਖ ਦਿਆਂ ਤੇ ਖੂਬ ਰੋਵਾਂ ਰੋਵਾਂ ਪਰ ਕਿਉਂ ਸ਼ਾਸਤਰ ਕਹਿੰਦੇ ਨੇ ਆਤਮਾ ਦੇ ਪਾਪ ਰੋਣ ਵਾਲੀ ਧੁੱਪ ਸਕਦੇ ਨੇ ਕਿਹੜਾ ਪਾਪ ਕੀਤਾ ਤੇਰੀ ਆਤਮਾ ਨੇ ਅਜਿਹਾ ਪਾਪ ਜਿਹੜਾ ਮੇਰਾ ਸਰੀਰ ਨਹੀਂ ਕਰ ਸਕਿਆ ਅਜਿਹੀਆਂ ਗੱਲਾਂ ਨੂੰ ਔਰਤਾਂ ਬਿਲਕੁਲ ਨਹੀਂ ਸਮਝਦੀਆਂ ਤੇ ਜਾਂ ਫਿਰ ਲੋੜ ਨਾਲੋਂ ਵੱਧ ਸਮਝ ਜਾਂਦੀਆਂ ਨਹੀਂ ਜੋਗਿਆ ਨਹੀਂ ਸੀ ਸਮਝ ਸਕੀ ਆਪਣਾ ਹੀ ਕੋਈ ਵਿਚਾਰ ਉਹਦੇ ਮਨ 'ਚ ਆ ਗਿਆ ਸੀ ਜਾਣਦਾ ਮੇਰਾ ਜੀ ਕੀ ਕਰਦਾ ਹੈ ਕੀ 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 ਮੈਂ ਕੁਝ ਬੇਸਬਰੀ ਜਿਹੀ ਨਾਲ ਪੁੱਛਿਆ ਕਰਦਾ ਹੈ ਤੇ ਉਹਨੇ ਆਪਣੇ ਹਲਕੇ ਨੀਲੇ ਰੰਗ ਦੀ ਸਾੜੀ ਵੱਲ ਇਸ਼ਾਰਾ ਕੀਤਾ ਤੈਨੂੰ ਇਸ ਵਿੱਚ ਲੁਕਾ ਕੇ ਉਹਨਾ ਅੰਬਰਾਂ 'ਚ ਉੱਡ ਜਾਵਾਂ ਜਿੱਥੋਂ ਨਾ ਆਪੀ ਵਾਪਸ ਆਵਾਂ ਤੇ ਨਾ ਹੀ ਤੈਨੂੰ ਆਉਣ ਦੇਵਾਂ ਤੇ ਇਹ ਕਹਿ ਕੇ yogi ਨੇ ਇੱਕ ਵਾਰੀ ਉੱਪਰ ਹਲਕੇ ਨੀਲੇ ਰੰਗ ਦੇ ਅਸਮਾਨ ਵੱਲ ਤੱਕਿਆ ਜਿੱਥੋਂ ਕਦੇ ਉਹ ਆਈ ਸੀ ਮੈਂ ਕੁਝ ਚਿਰ ਲਈ ਰੁਕ ਗਿਆ ਤੇ ਉਹਨੂੰ ਕਰਮਾਂ ਵਾਲਿਆਂ ਉਹਨਾਂ ਕਰਮਾਂ ਵਾਲਿਆਂ ਬਾਰੇ ਸੋਚਣ ਲੱਗ ਪਿਆ ਜਿਨ੍ਹਾਂ ਨੂੰ ਜੋਗੀਆਂ ਵਰਗੀਆਂ ਸੁੰਦਰੀਆਂ ਆਪਣੀ ਬੁੱਕਲ ਚ ਲੁਕਾ ਕੇ ਅੰਬਰਾਂ ਚ ਲੈ ਗਈਆਂ ਸਨ ਤੇ ਜਿੱਥੋਂ ਆਪ ਵਾਪਸ ਨਹੀਂ ਆਈਆਂ ਤੇ ਨਾ ਹੀ ਉਹਨਾਂ ਨੂੰ ਆਉਣ ਦਿੱਤਾ। ਖੁਦਾ ਵੀ ਉਹਨਾਂ ਦੇ ਲਾਗੇੋਂ ਲੰਘਦਾ ਹੈ ਤਾਂ ਇੱਕ ਠੰਡਾ ਹੌਕਾ ਭਰ ਕੇ ਲੰਘ ਜਾਂਦਾ ਹੈ। ਮੁੜ ਕੇ ਵੇਖਿਆ ਜੋਗੀਆਂ ਜਾ ਚੁੱਕੀ ਸੀ। ਅੰਬਰ ਤੱਕ ਹੀ ਜੋਗੀਆਂ ਮੈਨੂੰ ਤਪਦੀ ਹੋਈ ਜ਼ਮੀਨ ਤੇ ਟੁੱਟੀ ਭੱਜੀ ਸੜਕ ਦੇ ਇੱਕ ਪਾਸੇ ਯਤੀਮ ਤੇ ਲਾਵਾਰਸ ਖੜਾ ਛੱਡ ਕੇ ਚਲੀ ਗਈ ਸੀ। ਜਿਹਦਾ ਅਹਿਸਾਸ ਮੈਨੂੰ ਖਾਸੀ ਧੀਰ ਪਿੱਛੋਂ ਹੋਇਆ ਗਰਮੀ ਨਾਲ ਭੁੱਜਦੀ ਪਾਟੀ ਸੜਕ ਦੀਆਂ ਤਰੇੜਾਂ 'ਚ ਘੋੜਾ ਗੱਡੀਆਂ ਦੇ ਵੱਡੇ ਵੱਡੇ ਪਹੀਏ ਫਸ ਰਹੇ ਸਨ ਤੇ ਉਹਨਾਂ ਦੇ ਚਾਲਕ ਮੱਥੇ ਤੋਂ ਪਸੀਨਾ ਪੁੰਜਦੇ ਆ ਇਧਰ ਉਧਰ ਵਾ ਉੱਛਲਦੇ ਆ ਜਾ ਰਹੇ ਸਨ ਉਦੋਂ ਹੀ ਦੇਖਿਆ ਠੰਡੇ ਪਾਣੀ ਦੀ ਛਲਝੀ ਆ ਰਹੀ ਹੈ ਉਹ ਕੋਈ ਹੋਰ ਜਵਾਨ ਕੁੜੀ ਸੀ ਲੰਮੀ ਝੰਮੀ ਬੋਬ ਕਟ ਵਾਲ ਜਿਹਨੇ ਹਲਕੇ ਨੀਲੇ ਰੰਗ ਦੀ ਸਲਵਾਰ ਕਮੀਜ਼ ਪਾਈ ਸੀ ਕੁਝ ਕਦਮ ਹੋ ਰਗੇ ਗਿਆਤਾ ਇੱਕ ਨਹੀਂ ਦੋ ਤਿੰਨ ਚਾਰ ਔਰਤਾਂ ਹਲਕੇ ਨੀਲੇ ਰੰਗ ਦੇ ਕੱਪੜੇ ਪਾਈ ਸ਼ਾਪਿੰਗ ਕਰਦੀਆਂ ਫਿਰ ਰਹੀਆਂ ਸਨ ਇਹ ਤਜਰਬਾ ਮੈਨੂੰ ਪਹਿਲੀ ਵਾਰ ਨਹੀਂ ਸੀ ਹੋਇਆ ਇਸ ਤੋਂ ਪਹਿਲਾਂ ਵੀ ਇੱਕ ਵਾਰੀ ਕ੍ਰਾਫਫਰਡ ਮਾਰਕੀਟ ਦੇ ਇਲਾਕੇ ਚੋਂ ਜਾਣ ਵਾਲੀਆਂ ਔਰਤਾਂ ਦੇ ਧਾਨੀ ਮਤਲਬ ਹਲਕੇ ਹਰੇ ਲਿਬਾਸ ਪਾਇਆ ਸੀ ਫਰਕ ਸਿਰਫ ਇਹਨਾ ਸੀ ਵੀ ਕਿਸੇ ਦੀ ਚੁੰਨੀ ਧਾਨੀ ਸੀ ਕਿਸੇ ਦੀ ਸਾੜੀ ਕਿਸੇ ਦੀ ਸਕਰਟ ਤੇ ਮੈਂ ਸੋਚਦਾ ਰਹਿ ਗਿਆ ਸੀ ਕਿ ਸਵੇਰੇ ਜਦੋਂ ਇਹ ਔਰਤਾਂ ਨਹਾ ਧੋ ਕੇ ਵਾਲਾਂ ਨੂੰ ਛੰਡਦੀਆਂ ਸਵਾਰਦੀਆਂ ਹੋਈਆਂ ਕੱਪੜਿਆਂ ਵਾਲੀ ਅਲਮਾਰੀ ਕੋਲ ਪਹੁੰਚਦੀਆਂ ਨੇ ਤੇ ਇਹਨਾਂ 'ਚ ਕਿਹੜੀ ਗੱਲ ਜਾਂ ਕਿਹੜਾ ਜਿਹਾ ਜਜ਼ਬਾ ਹੁੰਦਾ ਹੈ ਜਿਹੜਾ ਇਹਨਾਂ ਨੂੰ ਦੱਸ ਦਿੰਦਾ ਹੈ ਅੱਜ ਮੌਲ ਸ਼ਰੀ ਪਾਉਣਾ ਚਾਹੀਦਾ ਹੈ ਇਹ ਤਾਂ ਸਮਝ ਚ ਆਉਂਦਾ ਹੈ ਕਿ ਇੱਕ ਦਿਨ ਕੋਈ ਨਾਰੰਗੀ ਰੰਗ ਇਸਤੇਮਾਲ ਕਰਦੀ ਹੈ ਤੇ ਫਿਰ ਉਸ ਤੋਂ ਉਹਦਾ ਜੀ ਆਕ ਜਾਂਦਾ ਹੈ ਦੂਜੇ ਦਿਨ ਉਹਦਾ ਹੱਥ ਆਪ ਮੁਹਾਰੇ ਕਿਸੇ ਦੂਜੇ ਰੰਗ ਵੱਲ ਵੱਧ ਜਾਂਦਾ ਜਿਵੇਂ ਕਿ ਸਰੋਂ ਫੁੱਲਾਂ ਪੀਲਾ ਰੰਗ ਚੰਪਈ ਰੰਗ ਗੁਲਾ ਨਾਰੀ ਫਿਰੋਜ਼ੀ ਪਰ ਉਹ ਕਿਹੜੀ ਵਾਇਰਲੈਸ ਕਿਰਿਆ ਹੈ ਜਿਸ ਨਾਲ ਇਹ ਸਭ ਇੱਕ ਦੂਜੇ ਨੂੰ ਦੱਸ ਦਿੰਦੀਆਂ ਨੇ ਤੇ ਫਿਰ ਇੱਕਦਮ ਪੂਰਾ ਬਾਜ਼ਾਰ ਪੂਰਾ ਸੰਸਾਰ ਇੱਕੋ ਰੰਗ ਨਾਲ ਭਰ ਜਾਂਦਾ ਹੈ ਸ਼ਾਇਦ ਇਹ ਮੌਸਮ ਦੀ ਗੱਲ ਹੈ ਸ਼ੁਕਲ ਪੱਖ ਦੀ ਰਾਤ ਦੀ ਜਾਂ ਉਹੋ ਜਿਹੀ ਚਾਨਣੀ ਜਾਂ ਬੱਦਲਾਂ ਭਰੀ ਰਾਤ ਦੀ ਸ਼ਾਇਦ ਕੋਈ ਪ੍ਰਚਲਿਤ ਫੈਸ਼ਨ ਕਿਸੇ ਐਕਟ੍ਰੈਸ ਦਾ ਲਬਾਜ਼ ਹੈ ਜਿਹੜਾ ਉਹਨਾਂ ਦੀ ਚੋਣ ਨੂੰ ਪ੍ਰਭਾਵਿਤ ਕਰ ਰਿਹਾ ਹੁੰਦਾ ਹੈ ਨਹੀਂ ਅਜਿਹੀ ਤਾਂ ਕੋਈ ਗੱਲ ਨਹੀਂ ਕਈ ਵਾਰੀ ਇਹ ਰੰਗ-ਬਰੰਗੇ ਕੱਪੜੇ ਵੀ ਪਾਉਂਦੀਆਂ ਨੇ ਤੇ ਕੀ ਕੁਝ ਮਰਦਾਂ ਦੀਆਂ ਅੱਖਾਂ ਸਾਵੇਂ ਲਹਿਰਾ ਦਿੰਦੀਆਂ ਨੇ ਉਸਨ ਸਭ ਦੀਆਂ ਸਾੜੀਆਂ ਹਲਕੇ ਨੀਲੇ ਰੰਗ ਦੀਆਂ ਵੇਖ ਕੇ ਮੇਰੀਆਂ ਅੱਖਾਂ ਨੂੰ ਯਕੀਨ ਨਹੀਂ ਆ ਰਿਹਾ ਸੀ। ਸਮਝ ਦੀ ਪੂਛ ਹੋਈ ਦਿਮਾਗ 'ਚ ਨਹੀਂ ਸੀ ਵੱੜ ਰਹੀ। ਜਦੋਂ ਮੈਂ ਸਕੂਲ ਪਹੁੰਚਿਆ ਇੱਕ ਘੰਟੀ ਵੱਜ ਚੁੱਕੀ ਸੀ ਤੇ ਮੁੰਡੇ ਕੁੜੀਆਂ ਬਾਹਰ ਆ ਰਹੇ ਸਨ। ਕੋ ਜਾਂ ਕੇ ਕੰਪਾਊਂਡ 'ਚ ਗੁਲਮੋਹਾਂ ਹੇਠ ਖੜੇ ਵੀ ਹੋ ਗਏ। ਉਹਨਾਂ 'ਚ ਸੁਕੇਸ਼ੀ ਵੀ ਸੀ। ਉਹਦੇ ਸਕਰਟ ਦਾ ਰੰਗ ਵੀ ਹਲਕਾ ਨੀਲਾ ਸੀ। ਜੇ ਹਿੰਮਤ ਮੇਰਾ ਦੋਸਤ ਉੱਥੇ ਨਾ ਮਿਲ ਗਿਆ ਹੁੰਦਾ ਤਾਂ ਮੈਂ ਚੱਲਾਈ ਹੋ ਜਾਂਦਾ। ਹਿੰਮਤ ਉੰਜ ਤਾਂ ਪੱਤ ਛੜਨੂ ਕਹਿੰਦੇ ਨੇ। ਪਰ ਉਹ ਅਸਲੀ ਬਸੰਤ ਬਹਾਰ ਸੀ ਜਿਹੜੀ ਉਸ ਉੱਤੇ ਹਮੇਸ਼ਾ ਛਾਈ ਰਹਿੰਦੀ ਸੀ ਦੁਨੀਆ ਭਰ ਚ ਕਿਤੇ ਕਿਸੇ ਜਗ੍ਹਾ ਵੀ ਇੱਕੋ ਜਿਹਾ ਮੌਸਮ ਨਹੀਂ ਹੁੰਦਾ ਤੇ ਨਾ ਕਿਤੇ ਇੱਕ ਰੰਗ ਹੁੰਦਾ ਪਰ ਉਹਦੇ ਚਿਹਰੇ ਉੱਤੇ ਹਮੇਸ਼ਾ ਇੱਕੋ ਜਿਹਾ ਹਾਸਾ ਤੇ ਵਿਅੰਗ ਹੁੰਦਾ ਸੀ ਜਿਸ ਕਰਕੇ ਅਸੀਂ ਉਹਨੂੰ ਆਖਦੇ ਹੁੰਦੇ ਸੀ ਸਾळ्या ਭਾਵੇਂ ਉੱਥੋਂ ਦਾ ਜ਼ੋਰ ਲਾ ਲੈ ਤੂੰ ਕਦੀ ਆਰਟਿਸਟ ਨਹੀਂ ਬਣ ਸਕਣਾ ਕਿ ਕਦੀ ਤੇਰੇ ਉੱਤੇ ਕੁੜਤਾ ਪਾੜ ਕੇ ਬਾਹਰ ਨਸ ਜਾਣ ਦੀ ਨੌਬਤ ਆਈ ਹੈ ਬੇਬਸੀ ਚ ਆਕੜੇ ਹੱਥਾਂ ਨਾਲ ਕਦੀ ਹਵਾ ਨੂੰ ਜਕੜਿਆ ਕੀ ਆਪਣੇ ਬਾਲ ਪੁੱਟੇ ਨੇ ਤੂੰ ਕੀ ਕਦੀ ਤੈਨੂੰ ਸਰੀਰ ਉਤੇ ਕੋਛਿਣਚ ਲੱਖਾਂ ਕੀੜੀਆਂ ਤੁਰੀਆਂ ਫਿਰਦੀਆਂ ਮਹਿਸੂਸ ਹੋਈਆਂ ਨੇ ਰਾਤ ਦੇ ਹਨੇਰੇ ਚ ਚਮਗਿੱਦਰ ਤੇਰੇ ਤੇ ਛੱਪਟੇ ਨੇ ਉਹਨਾਂ ਤੇਰੀ ਸ਼ਾਹ ਰਗ ਵਿੱਚ ਦੰਦ ਗਡੋ ਕੇ ਤੇਰਾ ਖੂਨ ਚੂਸੇ ਕੀ ਤੂੰ ਉਸ ਸਮੇਂ ਬੱਚਿਆਂ ਵਾਂਗ ਰੋਇਆ ਜਦੋਂ ਤੇਰੀ ਤਸਵੀਰ ਇਨਾਮੀ ਮੁਕਾਬਲੇ ਚ ਅਵਲ ਆਈ ਹੋਵੇ ਕਿ ਤੈਨੂੰ ਕਦੀ ਇੰਜ ਮਹਿਸੂਸ ਹੋਇਆ ਕਿ ਮਾਂ ਪਿਓ ਦੇ ਹੁੰਦਿਆਂ ਵੀ ਤੂੰ ਯਤੀਮ ਹੈ ਦੇ ਦੋਸਤ ਮਿੱਤਰ ਇੱਕ ਇੱਕ ਕਰਕੇ ਤੈਨੂੰ ਅੰਨੇ ਖੂਜ ਧੱਕਾ ਦੇ ਕੇ ਚਲੇ ਗਏ ਨੇ ਕਿ ਤੂੰ ਜਾਣਦਾ ਜਿਸ ਮਨਸੂਰ ਨੂੰ ਸੂਲੀ ਤੇ ਚੜਾਇਆ ਗਿਆ ਸੀ ਉਹ ਤੂੰ ਸੀ ਤੇਰੇ ਚਿਹਰੇ ਤੇ ਸਿਆਈਆਂ ਪਈਆਂ ਹੋਈਆਂ ਨੇ ਤੇ ਉਸ ਉਤਲੀਆਂ ਝੁਰੜੀਆਂ ਦੇ ਵਾਟੇ ਨੇ ਡੂੰਘੇ ਕੁਝ ਇਹ ਤੇ ਪੱਕੇ ਹੋ ਗਏ ਨੇ ਜਿੰਨੇ ਮੈਕਸੀਕੋ ਦੇ ਮਿਉਰਲਸ ਨੇ ਅੱਜ ਫਿਰ ਮੈਂ ਉਹਨੂੰ ਦੱਸਿਆ ਸ਼ਹਿਰ ਦੀਆਂ ਸਾਰੀਆਂ ਔਰਤਾਂ ਹਲਕੇ ਨੀਲੇ ਲਿਬਾਸ ਪਾ ਕੇ ਨਿਕਲੀਆਂ ਨੇ ਹਿਮੰਤ ਨੇ ਆਪਣੇ ਦੰਦ ਕੱਢ ਵਿਖਾਏ ਤੇ ਆਦਤ ਅਨੁਸਾਰ ਮੇਰਾ ਮੁਖਾ ਲੋੜਨ ਲੱਗ ਪਿਆ। ਉਹ ਮੈਨੂੰ ਸੌਣ ਦਾ ਅੰਨਾ ਸਮਝਦਾ ਸੀ ਜਿਹਨੂੰ ਹਰ ਪਾਸੇ ਹਰਾ ਹੀ ਹਰਾ ਦਿਸਦਾ ਹੁੰਦਾ ਹੈ। ਮੈਂ ਸੁਕੇਸ਼ੀ ਵੱਲ ਇਸ਼ਾਰਾ ਕੀਤਾ ਜਿਹਨੂੰ ਅਸੀਂ ਮਾਡਲ ਕਹਿੰਦੇ ਹੁੰਦੇ ਸਾਂ। ਉਹ ਅਜੇ ਤੀ ਕਿਸੇ ਦਾ ਮਾਡਲ ਨਹੀਂ ਸੀ ਬਣ ਸਕੀ। ਉਹਦੀ ਦੇਹ ਦੀਆਂ ਰੇਖਾਵਾਂ ਬਿਲਕੁਲ ਉਹਨਾਂ ਕੁੜੀਆਂ ਵਰਗੀਆਂ ਸਨ। ਮੈਂ ਕਿਹਾ ਦੇਖ ਅੱਜ ਇਹ ਵੀ ਹਲਕੇ ਨੀਲੇ ਰੰਗ ਦਾ ਸਕਰਟ ਪਾਈ ਫਿਰਦੀ ਏ। ਹਿਮੰਤ ਨੇ ਮੈਨੂੰ ਕੁਝ ਨਹੀਂ ਕਿਹਾ। ਮੇਰਾ ਹੱਥ ਫੜ ਕੇ ਖਿੱਚੀੜਦਾ ਹੋਇਆ ਕਾਊਂਟਰ ਤੇ ਲਾਂਚ ਲੈ ਆਇਆ। ਜਿਹੜਾ ਪਾਸ ਦੇ ਦਰਖਤਾਂ ਨਾਲ ਭਰਿਆ ਹੋਇਆ ਸੀ ਉੱਥੇ ਇੱਕ ਕੋਨੇ 'ਚ ਪਹੁੰਚ ਕੇ ਉਹ ਝਾੜਾਂ ਦੀ ਓਟ 'ਚ ਖੜਾ ਹੋ ਗਿਆ ਜਿੱਥੋਂ ਸਾਹਮਣੇ ਸੜਕ ਦਿਖਾਈ ਦਿੰਦੀ ਸੀ ਇੱਕ ਰਸਤਾ ਕਰਾਫਰਡ ਮਾਰਕੀਟ ਵੱਲ ਜਾਂਦਾ ਸੀ ਦੂਜਾ ਵਿਕਟੋਰੀਆ ਟਰਮੀਨਲ ਤੇ ਹਾਰਨਵੀ ਰੋਡ ਵੱਲ ਉਹ ਸਾਬਤ ਕਰਨਾ ਚਾਹੁੰਦਾ ਸੀ ਉਹ ਸਭ ਮੇਰਾ ਪਰਮ ਹੈ ਉੱਥੇ ਪਹੁੰਚੇ ਤਾਂ ਕੋਈ ਵੀ ਔਰਤ ਨੀਲੇ ਲਿਬਾਸ 'ਚ ਨਹੀਂ ਸੀ ਲੱਗਿਆ ਔਰਤਾਂ ਆਪੋ ਆਪਣੇ ਮਰਦਾਂ ਨੂੰ ਹਲਕੇ ਨੀਲੇ ਰੰਗ ਦੀਆਂ ਸਾੜੀਆਂ 'ਚ ਛੁਪਾ ਕੇ ਉਪਰ ਅੰਬਰ ਛੁੱਟ ਗਈਆਂ ਨੇ ਤਾਂ ਉੱਥੇ ਮਰਦ ਵੀ ਨਜ਼ਰ ਨਾ ਆਉਂਦੇ ਪਰ ਚਾਰੇ ਪਾਸੇ ਮਰਦ ਹੀ ਮਰਦ ਤੁਰੇ ਫਿਰਦੇ ਸਨ ਤੇ ਇੰਜ ਘੁਮਰੇ ਸਨ ਜਿਵੇਂ ਕਦੀ ਕਿਸੇ ਔਰਤ ਨਾਲ ਉਹਨਾਂ ਦਾ ਕੋਈ ਸਰਵਕਾਰ ਹੀ ਨਹੀਂ ਸੀ ਰਿਹਾ ਕੋਈ ਲੰਮਾ ਸੀ ਕੋਈ ਮੱਧਰਾ ਕੋਈ ਖੂਬਸੂਰਤ ਕੋਈ ਬਦਸੂਰਤ ਤੇ ਢੱਡੜ ਤੇ ਉਹ ਸਾਰੇ ਭੱਜੇ ਜਾ ਰਹੇ ਸਨ ਜਿਵੇਂ ਉਹਨਾਂ ਵਿੱਚੋਂ ਕੋਈ ਕਿਸੇ ਔਰਤ ਦਾ ਗੁਲਾਮ ਨਹੀਂ ਸੀ ਉਦੋਂ ਹੀ ਉਧਰੋਂ ਜਿਵੇਂ ਲੋਹੇ ਦੀ ਬਣੀ ਹੋਈ ਘਾਟਣ ਲੰਗੀ ਜਿਹਨੇ ਹਰੇ ਰੰਗ ਦਾ ਕਾਸ਼ਟਾ ਲਿਆ ਹੋਇਆ ਸੀ ਉਸ ਵੱਲ ਇਸ਼ਾਰਾ ਕਰਦਾ ਹਿੰਮਤ ਬੋਲਿਆ ਵੇਖ ਆਪਣੀ ਇਹ ਸੰਮਾਨ ਮੈਂ ਖਾਮ ਖਾ ਦੀ ਦਲੀਲਬਾਜ਼ੀ ਕਰਦੇ ਆਂ ਕਿ ਮੈਂ ਨਾ ਵਿਚਾਰੀਆਂ ਮਜ਼ਦੂਰ ਗਰੀਬੀਆਂ ਦੀ ਗੱਲ ਨਹੀਂ ਕਰਦਾ ਹੋਰ ਕਿਨਾਂ ਦੀ ਕਰਦਾ ਹੈ ਉਹਨਾਂ ਦੀ ਜਿਨ੍ਹਾਂ ਕੋਲ ਕੱਪੜੇ ਵੀ ਹੋਣ ਉਦੋਂ ਹੀ ਮੇਰੀ ਬਦਕਿਸਮਤੀ ਕਹਿ ਲੋ ਇੱਕ ਸਿਡਾਨ 파르ਸੀ दारू ਵਾਲੇ ਦੇ ਸਾਹਮਣੇ ਰੁਕੀ ਉਸ 'ਚ ਪੱਕੀ ਉਮਰ ਦੀ ਘੋਰਤ ਬੈਠੀ ਸੀ ਉਸ ਵਰਗ ਦੀ ਪ੍ਰਤੀਨਿਧ ਸੀ ਜਿਸ ਕੋਲ ਨਾ ਸਿਰਫ ਕੱਪੜੇ ਹੁੰਦੇ ਨੇ ਬਲਕਿ ਅਣਗਿਣਤ ਹੁੰਦੇ ਨੇ ਤੇ ਇੰਨੇ ਰੰਗਾਂ ਦੇ ਕਿ ਉਹ ਚੋਣ ਵੇਲੇ ਬੌਂਦਲ ਜਾਂਦੀਆਂ ਨੇ ਇਸੇ ਲਈ ਤਾਂ ਜਦੋਂ ਆਪਣੀ ਵਾਰਡਰੋਬ ਸਾਹਮਣੇ ਖੜੀਆਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਸੁੰਦਰੀਆਂ ਵੱਲੋਂ ਉਹ ਵਾਇਰਲੈਸ ਸੁਨਿਆ ਨਹੀਂ ਮਿਲਦਾ ਉਹਨਾਂ ਦੀ ਹਾਲਤ ਉਸ ਖਰੀਦਦਾਰ ਵਰਗੀ ਹੁੰਦੀ ਹੈ ਜਿਹਦੇ ਸਾਹਮਣੇ ਕੋਈ ਦੁਕਾਨਦਾਰ ਭਾਂਤ ਸੁਭਾਂ ਤੇ ਰੰਗ ਦਾ ਢੇਰ ਲਾ ਦੇ ਤੇ ਉਸ ਵਿੱਚੋਂ ਕੋਈ ਵੀ ਨਾ ਚੁਣ ਸਕਣ ਔਰਤ ਖੂਬ ਲਿਪੀ ਪੋਚੀ ਹੋਈ ਸੀ ਉਹਨਾਂ ਇੱਕ ਲਾਲ ਸੂਈ ਸਾੜੀ ਬੰਨੀ ਹੋਈ ਸੀ ਪੰਜਾਬ ਫੁੱਟ ਚੌੜੀ ਸੜਕ ਤੇ ਇਸ ਪਾਰ ਖੜੇ ਹੋਣ ਤੇ ਵੀ ਮੈਨੂੰ ਸੇਕ ਮਾਰਨ ਲੱਗ ਪਿਆ ਪਰ ਉਹਨੂੰ ਇਸ ਗੱਲ ਦਾ ਮੱਸਾ ਵੀ ਅਹਿਸਾਸ ਨਹੀਂ ਸੀ ਕਿ ਬਾਹਰ ਅੱਗ ਵਰ ਰਹੀ ਹੈ ਜਿਸ ਚ 11 ਵਰਗਾ ਲਾਲ ਰੰਗ ਨਹੀਂ ਫੱਬਦਾ ਕਿੱਡਾ ਬਾਜ਼ਾਰੂ ਮિજાਜ ਸੀ ਉਹਦਾ ਉਹ ਸੌਰਾਤ ਦਾ ਨੌਕਰ ਜਿਹੜਾ ਥੋੜੀ ਦੇਰ ਪਹਿਲਾਂ ਪਰਮਿਟ ਦੇ ਕਾਗਜ਼ ਸੰਭਾਲਦਾ ਹੋਏ ਅੰਦਰ ਗਿਆ ਸੀ ਇੱਕ ਟੋਕਰੀ ਚ ਵਿਸਕੀ ਤੇ ਕੁਝ ਬੀਅਰਾਂ ਰੱਖੀ ਬਾਹਰ ਆਇਆ ਤੇ ਡਿੱਕੀ ਖੋਲ ਕੇ ਉਸ ਚ ਰੱਖਣ ਲੱਗਾ ਹੁਣ ਤੀਕ ਮੈਂ ਹਿਮੰਦ ਦੇ ਸਾਹਮਣੇ ਖਾਸਾ ਸ਼ਰਮਿੰਦਾ ਹੋ ਚੁੱਕਿਆ ਸੀ ਆਪਣੀ ਸ਼ਰਮਿੰਦਗੀ ਛਪਾਉਣ ਖਾਤਰ ਮੈਂ ਕਿਹਾ ਇਹ ਬੀਅਰ ਦੀਆਂ ਬੋਤਲਾਂ ਵੇਖ ਕਟੋ-ਕਟ ਇਹਦੇ ਮਰਦ ਨੂੰ ਤਾਂ ਗਰਮੀ ਲੱਗਦੀ ਹੀ ਐ ਇੰਜ ਹੀ ਮੈਂ हेमंत ਸਾਹਮਣੇ ਕਈ ਵਾਰ ਸ਼ਰਮਿੰਦਾ ਹੋਇਆ ਇੱਕ ਅੱਧੀ ਵਾਰੀ ਮੈਨੂੰ ਵੀ ਉਹਨੂੰ ਸ਼ਰਮਿੰਦਾ ਕਰਨ ਦਾ ਮੌਕਾ ਮਿਲਿਆ ਜਦੋਂ ਸਾਰੀਆਂ ਔਰਤਾਂ ਸੁਰਮਈ ਸਾੜੀਆਂ ਬਨ ਕੇ ਸੜਕ ਤੇ ਨਿਕਲ ਆਈਆਂ ਸਨ ਮੈਨੂੰ ਹਮੇਸ਼ਾ ਉਹਨਾਂ ਦੇ ਰੰਗ ਇੱਕੋ ਜਿਹੇ ਲੱਗਦੇ ਸਨ ਪਰ ਜਦੋਂ हेमंत ਮੇਰਾ ਕੰਨ ਫੜ ਕੇ ਮੈਨੂੰ ਬਾਹਰ ਲਿਆਉਂਦਾ ਤਾਂ ਮੈਨੂੰ ਉਹ ਸਾਰੇ ਵਕ ਵਕ ਦਿਖਾਈ ਦੇਣ ਲੱਗ ਪੈਂਦੇ ਅਖੀਰ ਮੈਂ ਉਹਨੂੰ ਆਪਣੇ ਦਿਮਾਗ ਦਾ ਭਰਮ ਸਮਝ ਕੇ ਇਸ ਗੱਲ ਵੱਲ ਧਿਆਨ ਦੇਣਾ ਹੀ ਛੱਡ ਦਿੱਤਾ ਪਰ ਉਹ ਛੁੱਟਦਾ ਕਿਵੇਂ ਇੱਕ ਦਿਨ ਜੋਗੀਆਂ ਨੇ ਕਾਲੇ ਰੰਗ ਦੇ ਬਲਾਊਜ਼ ਤੇ ਮਟਮੈਲੀ ਸਾੜੀ ਦਾ ਬੜਾ ਹੀ ਸੁੰਦਰ ਮੇਲ ਮਿਲਾਇਆ ਉਸ ਦਿਨ ਸਾਰੀਆਂ ਔਰਤਾਂ ਨੇ ਇਹੋ ਕੰਬੀਨੇਸ਼ਨ ਕੀਤਾ ਸੀ ਫਰਕ ਸੀ ਤਾਂ ਸਿਰਫ ਇਹਨਾਂ ਉਹਨਾਂ ਚੋਂ ਕਿਸੇ ਦਾ ਬਲਾਊਜ਼ ਮਟਮੈਲਾ ਸੀ ਤੇ ਸਾੜੀ ਕਾਲੇ ਰੰਗ ਦੀ ਜਿਸ 'ਚ ਸੁਨਹਿਰੇ ਦਾ ਇੱਕ ਅੱਧਾ ਤਾਰ ਚਿੱਲ ਮਿਲਾ ਰਿਹਾ ਸੀ ਕਈ ਮੌਸਮ ਬਦਲੇ ਪੱਛੜਾਂ ਗਈਆਂ ਬਹਾਰਾਂ ਆਈਆਂ ਯਾਨੀ ਜਿਸ ਕਿਸਮ ਦੀਆਂ ਪੱਛੜਾਂ ਦੇ ਬਹਾਰਾਂ ਬੰਬਈ ਚ ਆ ਸਕਦੀਆਂ ਨੇ ਤੇ ਫਿਰ ਉਸ ਬਹਾਰ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਤਲਖੀ ਦੀ ਹਲਕੀ ਜੀ ਲਹਿਰ ਪੈਦਾ ਹੋ ਗਈ ਜਿਹੜੀ ਪ੍ਰੇਮ ਤੇ ਤ੍ਰਿਪਤੀ ਨੂੰ ਸਿਰੇ ਤੇ ਪਿਗਲਾ ਕੇ ਰੱਖ ਦਿੰਦੀ ਹੈ ਜਜ਼ਬਿਆਂ ਦੀਆਂ ਅੱਖਾਂ ਚੋਂ ਥਰੂ ਵਗਾ ਦਿੰਦੀ ਹੈ ਤੇ ਫਿਰ ਕਿਤੇ ਹਰਾ ਵੱਧ ਹਰਾ ਹੋ ਗਿਆ ਤੇ ਉਸ ਉੱਤੇ ਖੇੜੇ ਦੀ ਘਰੋਂ ਦੌੜ ਗਈ ਜਿਵੇਂ ਬਰਸਾਤ ਦੇ ਦੋ ਛਿੱਟਿਆਂ ਵਿਚਕਾਰਨ ਭੂਲ ਜੀ ਹਵਾ ਪਾਣੀ ਉੱਤੇ ਇੱਕ ਦੁਸ਼ਾਲਾ ਜਿਹਾ ਬਣ ਦਿੰਦੀ ਹੈ ਫਿਰ ਸਮੁੰਦਰ ਚ ਇਨਾ ਮੰਥਨ ਹੋਇਆ ਕਿ ਉਹ ਨੀਲਾ ਹੋ ਗਿਆ ਤੇ ਉਸ ਵਿੱਚ ਲੀਆਂ ਚਾਂਦੀ ਰੰਗੀਆਂ ਮੱਛੀਆਂ ਤੜਪ ਤੜਪ ਕੇ ਆਪਣੇ ਆਪ ਨੂੰ ਮਛੇਰਿਆਂ ਦੇ ਹਵਾਲੇ ਕਰਨ ਲੱਗੀਆਂ ਫਿਰ ਆਕਾਸ਼ ਵਿੱਚ ਆਵਾਜ਼ ਤੇ ਬਿਜਲੀ ਦਾ ਟਕਰਾ ਹੋਇਆ ਬੱਦਲ ਗੱਜੇ ਬਿਜਲੀ ਕਰਦੀ ਤੇ ਇੱਕਦਮ ਮਣਾ ਮੂਹੀ ਪਾਣੀ ਵਰਿਆ ਇਹ ਸਰਸੇ ਚ ਜੋਗੀਆਂ ਨੇ ਕਈ ਨੀਲੇ ਪੀਲੇ ਗੂੜੇ ਕਾਲੇ ਸਰਦਈ ਤੇ ਸੁਰਮਈ ਫਿੱਕੇ ਪੀਲੇ ਤੇ ਚੰਪਈ ਰੰਗ ਬਦਲੇ ਉਹਨੂੰ ਕਿੰਦੀ ਕਾਲ ਸੀ ਕੁੜੀ ਤੋਂ ਔਰਤ ਬਣਨ ਦੀ ਤੇ ਫਿਰ ਔਰਤ ਤੋਂ ਮਾਂ ਬਣਨ ਦੀ ਮੈਨੂੰ ਯਕੀਨ ਨਹੀਂ ਸੀ ਕਿਦੋਂ ਇੱਡੀ ਸਿਹਤਮੰਦ ਕੁੜੀ ਦੇ ਬੱਚੇ ਪੈਦਾ ਹੋਣਗੇ ਤਿੰਨ ਚਾਰ ਵੀ ਹੋ ਸਕਦੇ ਨੇ ਮੈਂ ਉਹਨਾਂ ਨੂੰ ਕਿੰਜ ਸੰਭਾਲਾਂਗਾ ਤੇ ਇਸ ਖਿਆਲ ਦੇ ਆਉਂਦੇ ਹੀ ਮੈਂ ਹੱਸ ਪਿਆ ਸੀ ਐਨੇ ਦਿਨੀ ਜੋਗੀ ਆਪਣੀ ਬਿਮਾਰ ਮਾਂ ਦੇ ਪੈਰ ਫੜ ਕੇ ਉਸ ਤੋਂ ਲਿਪਸਟਿਕ ਲਾਉਣ ਦੀ ਇਜਾਜ਼ਤ ਲੈ ਚੁੱਕੀ ਸੀ ਇੱਕ ਪਾਸੇ ਜ਼ਿੰਦਗੀ ਹੌਲੀ-ਹੌਲੀ ਬੁਝ ਰਹੀ ਸੀ ਦੂਜੇ ਪਾਸੇ ਲਪਕ ਲਪਕ ਕੇ ਲੱਪ ਰਹੀ ਸੀ ਜੋਗਿਆ ਨੇ ਲਿਪਸਟਿਕ ਇਸਤੇਮਾਲ ਕਰਨ ਦੀ ਇਜਾਜ਼ਤ ਤਾਂ ਲੈ ਲਈ ਸੀ ਪਰ ਇੰਨੀਆਂ ਸਾੜੀਆਂ ਇੰਨੇ ਰੰਗਾਂ ਦੀਆਂ ਇੰਨੀਆਂ ਲਿਪਸਟਿਕਾਂ ਕਿੱਥੋਂ ਲਿਆਉਂਦੀ ਇੱਕ ਦਿਨ ਮੈਂ ਮੈਕਸ ਫੈਕਟਰ ਦੀ ਲਿਪਸਟਿਕ ਖਰੀਦ ਕੇ ਤੋਹਫ਼ੇ ਵਜੋਂ ਜੋਗਿਆ ਨੂੰ ਦੇ ਦਿੱਤੀ ਤਾਂ ਕਿੰਨੀ ਖੁਸ਼ ਹੋਈ ਸੀ ਜਿਵੇਂ ਮੈਂ ਕਿਸੇ ਬਹੁਤ ਵੱਡੇ ਭੇਦ ਦੀ ਖੁੰਜੀ ਉਹਦੇ ਹੱਥ 'ਚ ਫੜਾ ਦਿੱਤੀ ਹੋਵੇ ਉਹ ਭੁੱਲੀ ਗਈ ਕਿ ਉਹ ਮੇਰੇ ਨਾਲ ਗਿਰਗਾਮ ਦੇ ਟਰੰਮ ਪੱਟੇ ਤੇ ਖੜੀ ਹੈ ਉਹ ਮੇਰੇ ਨਾਲ ਲਿਪਟ ਗਈ ਇਹਦੇ ਫੌਰਨ ਬਾਅਦ ਉਹਦੀਆਂ ਅੱਖਾਂ ਮੀਲਾ ਅੰਦਰ ਤਸ ਗਈਆਂ ਤੇ ਸਿਲ ਗਿਲਗਿਲੀ ਹੋ ਕੇ ਬਾਹਰ ਨਿਕਲਣ ਲੱਗ ਪਈ ਮੈਂ ਸਮਝਿਆ ਜੋਗਿਆ ਬੇहद ਜਜ਼ਬਾਤੀ ਕੁੜੀ ਹੈ ਭਲਾ ਮੇਰੇ ਪ੍ਰਤੀ ਇੰਝ ਸਾਨਮੰਦ ਹੋਣ ਵਾਲੀ ਕਿਹੜੀ ਗੱਲ ਸੀ ਪਰ ਗੱਲ ਕੋਈ ਹੋਰ ਸੀ ਜਿਸ ਰੰਗ ਦੀ ਮੈਂ ਲਿਪਸਟਿਕ ਲਿਆਇਆ ਸਾਂ ਉਸ ਨਾਲ ਮੈਚ ਕਰਦੀ ਸਾੜੀ ਜੋਗਿਆ ਕੋਲ ਨਹੀਂ ਸੀ ਤੇ ਨਾ ਹੀ ਖਰੀਦਣ ਲਈ ਪੈਸੇ ਸਨ ਮੇਰੇ ਕੋਲ ਵੀ ਇੰਨੇ ਪੈਸੇ ਨਹੀਂ ਸੀ ਕਿ ਕੋਈ ਸੁੰਦਰ ਜੀ ਸਾੜੀ ਖਰੀਦ ਕੇ ਉਹਨੂੰ ਦੇ ਸਕਦਾ ਮੈਂ ਤਾਂ ਲਿਪਸਟਿਕ ਲਈ ਪੈਸੇ ਵੀ ਮੋਟੂ ਭਾਜੀ ਦੀ ਜੇਬ ਚੋਂ ਚੁਰਾਏ ਸਨ ਤੇ ਜੰਪਾ ਭਾਬੀ ਜੀ ਤੋਂ ਉਸ ਮੋਹ ਵਟੇ ਮਾਂਜੇ ਸਨ ਜਿਹਦਾ ਹੱਕ ਸਿਰਫ ਦਿਉਰ ਨੂੰ ਹੀ ਹੁੰਦਾ ਹੈ ਬਰਸਾਤ ਖਤਮ ਹੋਈ ਤਾਂ ਇੱਕ ਤਮਾਸ਼ਾ ਹੋਇਆ ਜੋਗੀਆਂ ਨੇ ਵਡੇਰਿਆਂ ਦੇ ਜ਼ਮਾਨੇ ਦੇ ਘਰੇ ਪਏ ਕੁਝ ਜੜਾਊ ਤਾਵੀਜ਼ ਵੇਚ ਦਿੱਤੇ ਤੇ ਮੇਰੀ ਲਿਪਸਟਿਕ ਨਾਲ ਮੈਚ ਕਰਦੀ ਇੱਕ ਸਾੜੀ ਖਰੀਦ ਲਈ ਇਸ ਗੱਲ ਦਾ ਮੈਨੂੰ ਕੀ ਪਤਾ ਲੱਗਦਾ ਪਰ ਸਾਡੇ ਘਰ 'ਚ ਇੱਕ ਮੁਖਬਰ ਸੀ ਜੋਗੀਆਂ ਦੀ ਸਹੇਲੀ ਹਿਮਾ ਜੋਗਿਆ ਨੇ ਨਾਰੰਗੀ ਸੁਰਖ ਰੰਗ ਦੀ ਸਾੜੀ ਬਣੀ ਤੇ ਜਦੋਂ ਅਸੀਂ ਇਹ ਗਿਆਰੀ ਪਾਰ ਕਾਨੂੰਨ ਮੁਕਤ ਜੰਗਲ 'ਚ ਮਿਲੇ ਤਾਂ ਮੈਂ ਜੋਗਿਆ ਨੂੰ ਛੇੜਿਆ ਜਾਣਦੀ ਐ ਜੋਗਿਆ ਅੱਜ ਤੂੰ ਕੀ ਲੱਗਦੀ ਪਈ ਐ ਕੀ ਲੱਗਦੀ ਪਈਂ ਬੀਰ ਬੋਟੀ ਜਿਹੜੀ ਬਰਸਾਤ ਹੁੰਦੀ ਐ ਨਿਕਲ ਆਉਂਦੀ ਐ ਜੋਗਿਆ ਦੇ ਦਿਲ 'ਚ ਕੋਈ ਸ਼ਰਾਰਤ ਸੁਜੀ ਮੇਰੇ ਵੱਲ ਦੇਖਦੀ ਬੋਲੀ ਜਾਣਦਾ ਤੂੰ ਕੀ ਲੱਗਦਾ ਐ ਬੀਰ ਤੇ ਮੈਂ ਬੀਰ ਬੋਟੀ ਤੇ ਇਸ ਵਿੱਚ ਜੋਗਿਆ ਇੰਜ ਲਾਲ ਹੋ ਕੇ ਭੱਜ ਗਈ ਸੀ ਕਿ ਉਹਦੇ ਚਿਹਰੇ ਦੇ ਰੰਗ ਤੇ ਸਾੜੀ ਦੇ ਰੰਗ 'ਚ ਰਤਾ ਵੀ ਫਰਕ ਨਹੀਂ ਸੀ ਰਿਹਾ ਧੰਨਵਾਦ ਚਲਦਾ